ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। NSS ਗ੍ਰੀਨ ਵਰਡ ਗ੍ਰਾਮ ਵੱਲੋਂ ਲੋਕਾਂ ਨੂੰ ਆਪਣੇ ਜਨਮ ਦਿਨ ਮੌਕੇ ਇੱਕ ਪੌਦਾ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਕੜੀ ਦੇ ਤਹਿਤ ਪਾਵਲਾ ਪਰਿਵਾਰ ਵੱਲੋਂ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਬੇਟੇ ਜਸਮੀਤ ਸਿੰਘ ਦੇ ਜਨਮ ਦਿਨ ਮੌਕੇ ਸ਼ਹਿਰ ਨੂੰ ਹਰਿਆ ਭਰਿਆ ਰੱਖਣ ਲਈ 5 ਪੌਦੇ ਲਗਾਏ ਗਏ। ਇਸ ਮੌਕੇ ਬੋਲਦਿਆਂ NSS ਗ੍ਰੀਨ ਵਰਡ ਦੇ ਪ੍ਰਧਾਨ ਹਰਸਿਮਰਨਜੀਤ ਸਿੰਘ ਨੇ ਕਿਹਾ ਕਿ ਸਾਨੂੰ ਜਨਮ ਦਿਨ ਮੌਕੇ ਪੈਸੇ ਦੀ ਬਰਬਾਦੀ ਨਾ ਕਰਦੇ ਹੋਏ ਇੱਕ ਪੌਦਾ ਲਗਾ ਕੇ ਆਪਣੇ ਜਨਮ ਦਿਨ ਮਨਾਉਣਾ ਚਾਹੀਦਾ ਹੈ ਤਾਂ ਜੋ ਆਪਣੇ ਆਉਣ ਵਾਲੀ ਪੀੜ੍ਹੀ ਇਹਨਾਂ ਪੌਦਿਆਂ ਦਾ ਸੁੱਖ ਮਾਣ ਸਕੇ। ਇਸ ਮੌਕੇ ਉਹਨਾਂ ਪਾਵਲਾ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਹਰਸਿਮਰਨਜੀਤ ਸਿੰਘ, ਸ਼ੰਕਰ, ਸੰਨੀ, ਬਾਲੀ, ਖੁਸ਼ਦੀਪ, ਬਲਜੀਤ ਸਿੰਘ ਸੈਣੀ ਜੀ ਤੋਂ ਇਲਾਵਾ ਸੰਸਥਾ ਦੇ ਹੋਰ ਮੈਂਬਰ ਹਾਜ਼ਰ ਸਨ। NSS ਗ੍ਰੀਨ ਵਰਲਡ ਗ੍ਰਾਮ ਵੱਲੋਂ ਜੋ ਮੁਹਿੰਮ ਚਲਾਈ ਗਈ ਸੀ ਕੁਛ ਸਮਾਂ ਪਹਿਲਾਂ ਕਿ ਆਪਣੇ ਜਨਮ ਦਿਨ ਵਾਲੇ ਦਿਨ ਇੱਕ ਬੂਟਾ ਜ਼ਰੂਰ ਲਗਾਓ, ਸੋ ਇਸ ਮੁਹਿੰਮ ਦੇ ਮੁੱਖ ਮਹਿਮਾਨ ਸਾਡੇ ਛੋਟੇ ਵੀਰ ਜਿਨ੍ਹਾਂ ਨੇ ਇਸ ਮੁਹਿੰਮ ਨੂੰ ਅੱਗੇ ਤੋਰਿਆ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਔਰ ਇਹਨਾਂ ਨੇ ਇੱਕ ਸ਼ਹਿਰ ਦੇ ਲਈ ਬਹੁਤ ਵਧੀਆ ਮੈਸੇਜ ਦਿੱਤਾ ਕਿ ਛੋਟੇ ਹੋਣ ਦਾ ਨਹੀਂ ਉਪਰਾਲੇ ਵੱਡੇ ਕਰਨੇ ਚਾਹੀਦੇ ਆ, ਸੋ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਫਜ਼ੂਲ ਖਰਚੀ ਨੂੰ ਦੂਰ ਰੱਖਦੇ ਹੋਏ ਆਪਣੇ ਸ਼ਹਿਰ ਨੂੰ ਗ੍ਰੀਨ ਕਰਨ ਦਾ ਉਪਰਾਲਾ ਚੁਣਿਆ। ਔਰ ਖਾਸ ਤੌਰ 'ਤੇ ਸਾਡੀ ਪਾਵਲਾ ਫੈਮਿਲੀ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ, ਔਰ ਸਾਡੇ ਬਿੱਲਾ ਭਾਜੀ ਜਿਨ੍ਹਾਂ ਦੇ ਸਪੁੱਤਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਔਰ ਉਹਨਾਂ ਦੀ ਆਪਣੇ ਬੱਚਿਆਂ ਲਈ ਸਿਖਲਾਈ ਬਹੁਤ ਵਧੀਆ, ਸੋ ਬੱਚਿਆਂ ਨੂੰ ਮਿਲ ਕੇ ਔਰ ਪਰਿਵਾਰ ਨੂੰ ਮਿਲ ਕੇ ਸਾਨੂੰ ਬਹੁਤ ਵਧੀਆ ਲੱਗਿਆ। ਸਾਨੂੰ ਇਹੋ ਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ, ਆਓ ਆਪਾਂ ਰਲ ਕੇ ਸ਼ਹਿਰ ਨੂੰ ਗ੍ਰੀਨ ਅਤੇ ਕਲੀਨ ਬਣਾਈਏ। ਕੋਈ ਵੀ ਬੱਚਾ, ਕੋਈ ਵੀ ਬਜ਼ੁਰਗ, ਕਿਸੇ ਦਾ ਵੀ ਬਰਥਡੇ ਆ, ਕਿਤੇ ਵੀ ਆ, ਇੱਕ ਰੁੱਖ ਜ਼ਰੂਰ ਲਗਾਓ, ਇੱਕ ਰੁੱਖ 100 ਸੁੱਖ। ਧੰਨਵਾਦ।